ਅਕਾਲ ETS TV ਤੇ ਤੁਹਾਡਾ ਸਵਾਗਤ ਆ ਤੇ ਮੇਰੇ ਨਾਲ ਕੁਝ ਕਿਸਾਨ ਨੇ ਪੰਜਾਬ ਕਰੋਨਾ ਹੁੰਦਾ ਦਿਨੇ ਵੀ ਹੁੰਦਾ ਰਾਤ ਨੂੰ ਵੀ ਹੁੰਦਾ 24 ਘੰਟੇ ਹੋ ਸਕਦਾ ਤੇ ਪੰਜਾਬ ਦੇ ਵਿੱਚ ਰਾਤ ਦਾ ਜੋ ਉਹਨਾਂ ਨੇ ਲੋਕਡਾਊਨ ਕੀਤਾ ਰਾਤ ਨੂੰ ਕਰਫਿਊ ਲਾਇਆ ਉਸ ਦਾ ਉਸ ਬਾਰੇ ਕੀ ਕਹੋਗੇ ਦੇਖੋ ਜੀ ਉਹਨਾਂ ਨਾਲ ਕਰੋਨਾ ਮੀਟਿੰਗ ਕਰਕੇ ਗਏ ਵੀ ਮੈਂ ਰਾਤ ਨੂੰ ਆਇਆ ਕਰੂੰਗਾ ਦਿਨੇ ਮੈਂ ਆਉਂਦਾ ਨਹੀਂਗਾ ਇਸ ਕਰਕੇ ਉਹ ਰਾਤ ਨੂੰ ਲੋਕਡਾਊਨ ਲਾਉਂਦੇ ਆ ਵੀ ਉਹ ਰਾਤ ਨੂੰ ਸੌਂਦਾ ਦਿਨੇ ਸੌਂਦਾ ਰਾਤ ਨੂੰ ਆਉਂਦਾ ਕੱਲ ਇੱਕ ਔਰੰਗਾਬਾਦ ਦੇ ਵਿੱਚ ਜੱਜ ਸਾਹਿਬ ਨੇ DC ਨੂੰ ਬੁਲਾਇਆ ਸੀਗਾ ਉੱਥੇ DC ਸਾਹਿਬ ਦੇ ਉਹਨਾਂ ਨੇ ਬੜੀ ਤੁਸੀਂ ਵੀ ਸ਼ਾਇਦ ਦੇਖਿਆ ਹੋਵੇ ਤਾਂ YouTube ਦੇ ਉੱਤੇ ਚੱਲ ਰਿਹਾ ਸੀ DC ਸਾਹਿਬ ਦੀ ਬੜੀ ਉਹਨੇ ਲਾਨਤਾਨ ਕਰੀ ਹੈ ਉਹਨਾਂ ਨੇ ਕੀ ਕਰਿਆ ਉੱਥੇ ਸ਼ਨੀਵਾਰ ਅਤੇ ਸੰਡੇ ਹਾਂਜੀ ਲੋਕਡਾਊਨ ਕਰਤਾ ਤਾਂ ਉਹਨੇ DC ਸਾਹਿਬ ਨੂੰ ਇਹ ਪੁੱਛਿਆ ਕਹਿੰਦਾ ਮੈਨੂੰ ਇਹ ਦੱਸੋ ਵੀ ਕੀ ਕਰੋਨਾ ਤੁਹਾਡੇ ਨਾਲ ਤੁਹਾਡੀ ਮੀਟਿੰਗ ਹੋਈ ਹੈ ਵੀ ਸ਼ਨੀਵਾਰ ਅਤੇ ਐਤਵਾਰ ਆਇਆ ਕਰੂ ਬਾਕੀ ਦਿਨ ਨਹੀਂ ਆਉਣਾ ਕੁਛ ਤਾਂ ਤੁਸੀਂ ਸੋਚੋ ਮਤਲਬ ਇਸ ਬਾਰੇ ਕਿਉਂ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਕਰੋਨਾ ਨਾਂ ਦੀ ਕੋਈ ਆ ਚੀਜ਼ ਨਹੀਂ ਹੈ ਇਹਨਾਂ ਨੇ ਇੱਕ ਬਕਵਾਸ ਵਾਈਫ ਠੰਡ ਹੈ ਕੋਈ ਇਹ ਵਾਇਰਸ ਵਗੈਰਾ ਕੁਛ ਨਹੀਂ ਹੈ ਇੱਕ ਛੋਟਾ ਜਿਹਾ ਵਾਇਰਸ ਹੈ ਕੋਈ ਬਿਮਾਰੀ ਮਹਾਂਮਾਰੀ ਹੈ ਨਹੀਂ ਹੈ ਮਹਾਂਮਾਰੀ ਨਹੀਂ ਤਾਂ ਇਹ ਆਪਣੇ ਨਾਲ ਸੀਗੇ ਕਿਸਾਨ ਜਿਨ੍ਹਾਂ ਨੇ ਦੱਸਿਆ ਕਿ ਮੈਂ ਗੱਲ ਕਰ ਰਿਹਾ ਸੀ ਪਹਿਲਾਂ MSP ਨੂੰ ਲੈ ਕੇ ਦੁਸ਼ਯੰਤ ਚੌਟਾਲਾ ਨੇ ਜੋ ਬਿਆਨਬਾਜ਼ੀ ਕੀਤੀ ਸੀਗੀ ਫਿਰ 1 ਅਪ੍ਰੈਲ ਤੋਂ ਜੋ ਕਣਕ ਦੀ ਖਰੀਦ ਹੋਣ ਜਾ ਰਹੀ ਆ ਹਰਿਆਣੇ ਦੇ ਵਿੱਚ ਉਸ ਨੂੰ ਲੈ ਕੇ ਵੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਅਤੇ ਕਿਤੇ ਨਾ ਕਿਤੇ ਉਹਨਾਂ ਦਾ ਇਹ ਕਹਿਣਾ ਕਿ ਆੜ੍ਹਤੀਆਂ ਅਤੇ ਕਿਸਾਨਾਂ ਦੇ ਵਿੱਚ ਜੋ ਹੈ ਇਹ ਮਤਭੇਦ ਦਾ ਉਹਨਾਂ ਨੂੰ ਫੋੜਨ ਦਾ ਕੰਮ ਕਰ ਰਹੇ ਅਤੇ ਉਸ ਤੋਂ ਇਲਾਵਾ ਆਪਾਂ ਕਰੋਨਾ ਨੂੰ ਲੈ ਕੇ ਵੀ ਗੱਲਬਾਤ ਕੀਤੀ ਕਿ ਪੰਜਾਬ ਦੀ ਵੀ ਗੱਲ ਕੀਤੀ ਨਾਈਟ ਕਰਫਿਊ ਆ ਫਿਰ ਸਰਸੇ ਦੀ ਵੀ ਗੱਲ ਕੀਤੀ ਹਰਿਆਣੇ ਦੀ ਵੀ ਗੱਲ ਕੀਤੀ ਤਾਂ ਤੁਸੀਂ ਕਿਸਾਨਾਂ ਦੇ ਮੂੰਹੋਂ ਆਪ ਹੀ ਸੁਣਿਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਅਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਅਤੇ ਸਾਡੀ ਹੋਰ ਵੀਡੀਓ ਦੇਖਦੇ ਰਹੋ ਧੰਨਵਾਦ ਸਤਿ ਸ਼੍ਰੀ ਅਕਾਲ